ਲੁਧਿਆਣਾ ਦੀ ਲੋਕ ਹਿੰਸਾ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਪ੍ਰਮੁੱਖ ਸਿਮਰਜ ਸਿੰਘ ਬੈਂਸ ਨੇ ਫੇਸਬੁਕ ਉੱਤੇ ਇੱਕ ਵੀਡੀਓ ਜਾਰੀ ਕਰ ਨਸ਼ੇ ਦੇ ਖਿਲਾਫ ਮੋਹਮ ਚਲਾਉਣ ਅਤੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਜੋ ਵੀ ਨਸ਼ੇਰੀ ਹਾਲਤ ਵਿੱਚ ਮਿਲੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾਵੇ ਸਿਮਰਜ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਲਦ ਤੋਂ ਜਲਦ ਕੈਬਨਟ ਦੀ ਹੰਗਾਮੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਤੇ ਨਸ਼ੇ ਨੂੰ ਰੋਕਣ ਦੇ ਲਈ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਇਸ ਦੌਰਾਨ ਉਹਨਾਂ ਮੌਜੂਦਾ ਸਰਕਾਰ ਦੇ ਇਲਾਵਾ ਕਈ ਸਰਕਾਰੀ ਅਫਸਰਾਂ ਉੱਤੇ ਵੀ ਸਵਾਲੀਆ ਨਿਸ਼ਾਨ ਖੜੇ ਹੋਣ ਦੀ ਗੱਲ ਕਹੀ ਅਤੇ ਇਹਨਾਂ ਅਫਸਰਾਂ ਦੇ ਨਸ਼ਾ ਤਸਕਰਾ ਨਾਲ ਮੇਲੇ ਹੋਣ ਦੀ ਵੀ ਗੱਲ ਕਹੀ ਜੇਕਰ ਸਰਕਾਰ ਚਾਹੇ ਤਾਂ ਨਸ਼ਾ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ ਸਾਡੇ ਕੋਲੇ ਚਿੱਟੇ ਦੇ ਵਿਰੁੱਧ ਹੁਣ ਚਾਰਾ ਕੀ ਬਚਿਆ ਸਰਕਾਰ ਮੇਰਾ ਖਿਆਲ ਹੱਥ ਖੜੇ ਕਰ ਗਈ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ 4 ਹਫ਼ਤਿਆਂ ਦੇ ਵਿੱਚ ਨਸ਼ਾ ਮੁਕਤ ਕਰਨ ਦੀ ਸੌਂ ਸੀ ਉਹ ਮੈਨੂੰ ਲੱਗਦਾ ਮਿੱਟੀ ਰੁਲ ਗਈ ਉਹ ਤੇ ਸਾਡੇ ਕੋਲੇ ਪੰਜਾਬ ਦੇ ਲੋਕਾਂ ਕੋਲੇ ਆਪਣੇ ਨੌਜਵਾਨ ਪੰਜਾਬੀ ਬੱਚਿਆਂ ਨੂੰ ਬਚਾਉਣ ਲਈ ਕਿਹੜਾ ਰਸਤਾ ਸਾਡੇ ਕੋਲੇ ਸੋ ਮੈਂ ਇਸ ਕਰਕੇ ਅੱਜ ਅਪੀਲ ਕੀਤੀ ਹੈ ਕਿ ਅਸੀਂ ਵੱਧ ਤੋਂ ਵੱਧ ਸੋਸ਼ਲ ਮੀਡੀਆ ਦੇ ਉੱਤੇ ਐਕਸਪੋਜ਼ਰ ਕਰੀਏ ਅਸੀਂ ਸੱਚਾਈ ਸਾਹਮਣੇ ਲੈ ਕੇ ਆਈਏ ਕਿਸੇ ਪਿੰਡ ਕਿਸੇ ਮੱਲੇ ਕਿਸੇ ਕਲੋਨੀ ਕਿਸੇ ਗਲੀ ਕੂਚੇ ਦੇ ਵਿੱਚ ਕਿਤੇ ਨੌਜਵਾਨ ਦੀ ਨਸ਼ੇ ਕਰਕੇ ਮੌਤ ਹੁੰਦੀ ਹੈ ਤੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰੋ ਜਿਹੜੀ ਇੱਕ ਮਨ ਦੇ ਅੰਦਰ ਸੀ ਨਾ ਵੀ ਸਾਡੀ ਇਹ ਸਮਾਜਿਕ ਤੌਰ ਤੇ ਬੇਇਜ਼ਤੀ ਹੋਏਗੀ ਅੱਜ ਪੰਜਾਬ ਦੇ ਨੌਜਵਾਨ ਨੂੰ ਬਚਾਉਣ ਵਾਸਤੇ ਜਿਹੜੀ ਸਮਾਜਿਕ ਬੇਇਜ਼ਤੀ ਉਹ ਕੁਝ ਵੀ ਨਹੀਂ ਅਸੀਂ ਬਲਤ ਤੋਂ ਵੱਧ ਜਿੱਥੇ ਕਿਤੇ ਨੌਜਵਾਨ ਦੀ ਚਿੱਟੇ ਦੇ ਕਾਰਨ ਨਸ਼ੇ ਦੇ ਕਾਰਨ ਮੌਤ ਹੁੰਦੀ ਹੈ ਅਸੀਂ ਉਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰੀਏ ਤਾਂ ਜਿਹੜੀ ਸਰਕਾਰ ਮਜਬੂਰੀ ਬਸ ਚੁੱਪ ਕਰੀ ਬੈਠੀ ਹੈ ਉਹ ਕੁੰਭ ਕਰਨੀ ਨੀਂਦ ਤੋਂ ਜਾਗ ਸਕੇ ਤੇ ਸਰਕਾਰ ਦੀਆਂ ਚਿੱਟੇ ਵਾਲੇ ਲੋਕਾਂ ਨੂੰ ਬਚਾਉਣ ਦੇ ਵਿੱਚ ਚਿੱਟੇ ਦੇ ਕਾਰੋਬਾਰੀ ਵਪਾਰੀਆਂ ਨੂੰ ਬਚਾਉਣ ਦੇ ਵਿੱਚ ਕਿੜੀਆਂ ਮਜਬੂਰੀਆਂ ਨੇ ਉਹ ਜਗ ਜਾਗਰ ਹੋ ਸਕਣ ਮੈਂ ਕੈਪਟਨ ਮਰਿੰਦਰ ਸਿੰਘ ਨੂੰ ਇੱਕ ਸੁਜੈਸ਼ਨ ਅਪੀਲ ਕਰਾਂ ਕਿ ਤੁਸੀਂ ਪੰਜਾਬ ਵਿਧਾਨ ਸਭਾ ਦਾ ਤੁਰੰਤ ਹੰਗਾਮੀ ਸੈਸ਼ਨ ਬੁਲਾਓ ਐਮਰਜੈਂਸੀ ਸੈਸ਼ਨ ਕਾਲ ਕਰੋ ਤਾਂ ਜੋ ਸਾਰੀਆਂ ਪਾਰਟੀਆਂ ਉੱਥੇ ਬੈਠ ਕੇ ਇੱਕ ਹੈਲਦੀ ਡਿਬੇਟ ਪੰਜਾਬ ਵਿਧਾਨ ਸਭਾ ਦੇ ਅੰਦਰ ਕਰਕੇ ਅਸੀਂ ਇਸ ਮਸਲੇ ਦੀ ਸਚਾਈ ਤੱਕ ਜਾਈਏ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਦੰਤ ਰੂਪੀ ਚਿੱਟੇ ਦਾ ਭੂਤ ਨਿਕਲ ਰਿਹਾ ਦੰਤ ਨਿਕਲ ਜਾ ਰਿਹਾ ਉਹਨੂੰ ਅਸੀਂ ਰੋਕ ਸਕੀਏ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ ਵਾਹੇ ਗੁਰੂ ਵਾਹੇ ਗੁਰੂਆ